ਰੁਪਿੰਦਰ ਗਾਂਧੀ ਦਾ ਜਨਮ 2 ਅਕਤੂਬਰ ਨੂੰ ਖੰਨੇ ਦੇ ਪਿੰਡ ਰਸੂਲੜਾ ਪਿਤਾ ਸਰਦਾਰ ਹਰਦੇਵ ਸਿੰਘ ਔਜਲਾ ਦੇ ਘਰ ਹੋਇਆ। ਪਿਤਾ ਕਾਂਗਰਸ ਦੇ ਫੋਲੋਅਰ ਸੀ ਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਦਿਨ ਜਨਮ ਹੋਣ ਕਰਕੇ ਪਿਤਾ ਨੇ ਰੁਪਿੰਦਰ ਦੇ ਨਾਮ ਦੇ ਨਾਲ ਗਾਂਧੀ ਜੋੜ ਦਿੱਤਾ। ਰੁਪਿੰਦਰ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀ। ਰੁਪਿੰਦਰ ਦੇ ਵਿੱਚ ਜੋ ਸਭ ਤੋਂ ਵੱਡੀ ਖੂਬੀ ਸੀ ਉਹ ਇਹ ਕਿ ਹਰ ਕਿਸੇ ਦੀ ਔਖੀ ਘੜੀ ਦੇ ਵਿੱਚ ਖੜ ਜਾਂਦਾ, ਜਿਸ ਕਰਕੇ ਪਿੰਡ ਦੇ ਲੋਕ ਵੀ ਰੁਪਿੰਦਰ ਨੂੰ ਕਾਫੀ ਪਿਆਰ ਕਰਦੇ ਸੀ। ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪੂਰੀ ਕਰਨ ਮਗਰੋਂ ਚੰਡੀਗੜ੍ਹ ਆ ਕੇ ਪੰਜਾਬ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਸ਼ੁਰੂ ਕੀਤੀ। ਰੁਪਿੰਦਰ ਫੁੱਟਬਾਲ ਦਾ ਇੱਕ ਬਹੁਤ ਵਧੀਆ ਪਲੇਅਰ ਸੀ ਤੇ ਨੈਸ਼ਨਲ ਲੈਵਲ ਤੱਕ ਫੁੱਟਬਾਲ ਖੇਡ ਚੁੱਕਾ ਸੀ। ਹਰ ਕਿਸੇ ਦੇ ਨਾਲ ਖੜਨ ਵਾਲਾ ਰੁਪਿੰਦਰ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦੇ ਦੌਰਾਨ ਯਾਰਾਂ ਦੋਸਤਾਂ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਦੇ ਵਿੱਚ ਉਹਨਾਂ ਦਾ ਸਾਥ ਦਿੰਦਾ ਹੋਇਆ ਵੱਡੀਆਂ ਲੜਾਈਆਂ ਤੇ ਗੈਂਗਵਾਰਾਂ ਦਾ ਹਿੱਸਾ ਬਣ ਗਿਆ। ਲੋਕਾਂ ਦੀਆਂ ਲੜਾਈਆਂ ਲੜਨ ਵਾਲੇ ਰੁਪਿੰਦਰ ਨੇ ਆਪਣੇ ਬਹੁਤ ਸਾਰੇ ਦੁਸ਼ਮਣ ਬਣਾ ਲਏ। ਪਿੰਡ ਵਾਲੇ ਰੁਪਿੰਦਰ ਦੇ ਸੁਭਾਅ ਤੇ ਹਰ ਕਿਸੇ ਦੀ ਮਦਦ ਲਈ ਤਿਆਰ ਰਹਿਣ ਕਰਕੇ ਉਸਨੂੰ ਬਹੁਤ ਪਿਆਰ ਕਰਦੇ ਸੀ, ਜਿਸ ਕਰਕੇ 22-23 ਸਾਲਾਂ ਦੀ ਛੋਟੀ ਜਿਹੀ ਉਮਰ ਦੇ ਵਿੱਚ ਪਿੰਡ ਦੀ ਸਰਬਸੰਮਤੀ ਦੇ ਨਾਲ ਰੁਪਿੰਦਰ ਨੂੰ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ। ਰੁਪਿੰਦਰ ਨੇ ਸਰਪੰਚ ਬਣਨ ਤੋਂ ਬਾਅਦ ਕਈ ਨੇਕ ਕੰਮ ਕੀਤੇ। ਆਪਣੇ ਪਿੰਡ ਮਾਪਿਆਂ ਦੇ ਘਰ ਰਹਿ ਰਹੀਆਂ ਵਿਆਹੀਆਂ ਕੁੜੀਆਂ ਦਾ ਮੁੜ ਵਸੇਵਾ ਕੀਤਾ, ਗਰੀਬ ਕੁੜੀਆਂ ਦੇ ਵਿਆਹ 'ਚ ਮਦਦ ਕਰਦਾ ਤੇ ਜਿਸ ਕਿਸੇ ਦੀ ਵੀ ਕਿਸੇ ਤਰ੍ਹਾਂ ਮਦਦ ਹੁੰਦੀ ਉਹ ਜ਼ਰੂਰ ਕਰਦਾ ਸੀ। ਜਿੱਥੇ ਇੱਕ ਪਾਸੇ ਪਿੰਡ ਵਾਲਿਆਂ ਦੇ ਲਈ ਹਰ ਔਖੇ ਸਮੇਂ 'ਚ ਰੁਪਿੰਦਰ ਖੜਦਾ ਤੇ ਪਿੰਡ ਵਾਲੇ ਵੀ ਉਸਨੂੰ ਬਹੁਤ ਪਿਆਰ ਕਰਦੇ ਸੀ, ਉੱਥੇ ਹੀ ਦੂਜੇ ਪਾਸੇ ਉਸਦੇ ਨਾਮ 'ਤੇ 8 ਦੇ ਕਰੀਬ FIR ਵੀ ਦਰਜ ਸੀ, ਜਿਨ੍ਹਾਂ ਵਿੱਚ ਕਿ ਕਤਲ ਦੇ ਮਾਮਲੇ, ਕਤਲ ਦੀ ਕੋਸ਼ਿਸ਼ ਤੇ ਨਜਾਇਜ਼ ਹਥਿਆਰ ਰੱਖਣ ਦੇ ਕਈ ਕੇਸ ਦਰਜ ਸੀ। ਕਈ ਵੱਡੇ ਗੈਂਗਸਟਰ ਤੇ ਰਾਜਨੇਤਾਵਾਂ ਨਾਲ ਦੁਸ਼ਮਣੀ ਹੋਣ ਕਰਕੇ ਉਹ ਰੁਪਿੰਦਰ ਨੂੰ ਮਾਰਨ ਦੇ ਮਨਸੂਬੇ ਬਣਾਈ ਬੈਠੇ ਸੀ ਤੇ ਇਸੇ ਤਰ੍ਹਾਂ 5 ਸਤੰਬਰ 2003 ਨੂੰ ਰੁਪਿੰਦਰ ਨੂੰ ਖੰਨੇ ਦੇ ਪਹਿਲਵਾਨ ਗੈਂਗ ਨੇ ਕਿਡਨੈਪ ਕਰ ਲਿਆ, ਜਿਸ ਤੋਂ ਬਾਅਦ ਉਸਨੂੰ ਇੱਕ ਪਿੰਡ ਦੇ ਵਿੱਚ ਰੱਖਿਆ ਗਿਆ। ਉੱਥੇ ਰੁਪਿੰਦਰ ਦੇ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉਸਦੇ ਹੱਥ ਪੈਰ ਤੋੜ ਦਿੱਤੇ ਗਏ, ਇੱਕ ਦਰਖਤ ਦੇ ਨਾਲ ਲਟਕਾ ਕੇ ਉਸਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਮਾਰਨ ਤੋਂ ਬਾਅਦ ਉਸਨੂੰ ਭਾਖੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। 10 ਦਿਨਾਂ ਬਾਅਦ ਜਾ ਕੇ ਰੁਪਿੰਦਰ ਦੀ ਲਾਸ਼ ਮਿਲੀ ਤੇ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਰੁਪਿੰਦਰ ਦਾ ਚੁੱਪ ਚੁਪੀ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਪਣੇ ਛੋਟੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਰੁਪਿੰਦਰ ਦਾ ਵੱਡਾ ਭਰਾ ਮਨਵਿੰਦਰ, ਜੋ ਕਿ ਉਸ ਸਮੇਂ ਇੰਗਲੈਂਡ ਦੇ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ, ਉਹ ਰੁਪਿੰਦਰ ਦਾ ਬਦਲਾ ਲੈਣ ਲਈ ਮੁੜ ਆਇਆ। ਉਸਨੇ ਆ ਕੇ ਰੁਪਿੰਦਰ ਦਾ ਜੋ ਗਰੁੱਪ ਸੀ ਉਹ ਸੰਭਾਲਿਆ ਤੇ ਨਾਲ ਹੀ ਆਪਣੇ ਨਾਮ ਦੇ ਮਗਰ ਵੀ ਗਾਂਧੀ ਲਾ ਲਿਆ ਤੇ ਉਸਨੂੰ ਮਿੰਦੀ ਗਾਂਧੀ ਦੇ ਨਾਮ ਤੋਂ ਜਾਣਿਆ ਜਾਣ ਲੱਗਾ। ਆਪਣੇ ਛੋਟੇ ਭਰਾ ਰੁਪਿੰਦਰ ਦੀ ਯਾਦ ਦੇ ਵਿੱਚ ਮਨਵਿੰਦਰ ਨੇ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਦੀ ਸ਼ੁਰੂਆਤ ਕੀਤੀ। ਜਲਦ ਹੀ ਮਨਵਿੰਦਰ ਵੀ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਆ ਗਿਆ ਤੇ ਮਨਵਿੰਦਰ ਦੇ ਨਾਂ ਵੀ 8 ਦੇ ਕਰੀਬ ਕਤਲ ਦੀਆਂ ਕੋਸ਼ਿਸ਼ਾਂ ਦੀ FIR ਦਰਜ ਹੋਈਆਂ, ਜਿਨ੍ਹਾਂ ਵਿੱਚੋਂ ਇੱਕ FIR ਲੱਖੀ ਨਾਮ ਦੇ ਗੈਂਗਸਟਰ ਦੇ ਗੋਲੀ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਦੀ ਵੀ ਸੀ। ਆਖਿਰ 20 ਅਗਸਤ 2017 ਨੂੰ ਮਨਵਿੰਦਰ ਦਾ ਉਸਦੇ ਪਿੰਡ ਰਸੂਲੜਾ ਉਹਨਾਂ ਦੀ ਮੋਟਰ 'ਤੇ ਕਤਲ ਕਰ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਫੇਸਬੁੱਕ ਦੇ ਰਾਹੀਂ ਕੈਨੇਡਾ ਦੀ ਇੱਕ ਗੈਂਗ ਦੇ ਮੈਂਬਰ ਨੇ ਲਈ, ਜਿਸ ਦਾ ਨਾਮ ਸੀ ਗੁਰਜੋਤ ਗਰਚਾ। ਉਸਨੇ ਮਨਵਿੰਦਰ ਨੂੰ ਮਾਰਨ ਦੇ ਪਿੱਛੇ ਇਹ ਕਾਰਨ ਦਿੱਤਾ ਕਿ ਰੁਪਿੰਦਰ ਦਾ ਵੱਡਾ ਭਰਾ ਸਸਤੀ ਪਬਲਿਸਿਟੀ ਲਈ ਰੁਪਿੰਦਰ ਦੇ ਨਾਮ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਤੇ ਗੁਰਜੋਤ ਗਰਚਾ ਵੀ ਕਿਸੇ ਸਮੇਂ ਰੁਪਿੰਦਰ ਗਾਂਧੀ ਗਰੁੱਪ ਦਾ ਮੈਂਬਰ ਰਹਿ ਚੁੱਕਾ ਸੀ। ਦੋਸਤੋ, ਇਹ ਸੀ ਰੁਪਿੰਦਰ ਗਾਂਧੀ ਦੇ ਜੀਵਨ ਦੇ ਬਾਰੇ ਜਾਣਕਾਰੀ ਕਿ ਕਿਵੇਂ ਹਰ ਇੱਕ ਦੀ ਮਦਦ ਕਰਨ ਵਾਲਾ ਇਨਸਾਨ ਗੈਂਗਸਟਰ ਬਣਿਆ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।